ਉੱਥੇ ਸਲੂਕ ਬੜਾ ਸੀ ਲੋਕਾਂ ਦਾ। ਹਾਂ ਇੱਥੇ ਸਲੂਕ ਹੈ ਨੀ। ਉੱਥੇ ਜਿਹੜਾ ਗੁੱਸੇ ਹੋ ਜਾਂਦਾ ਸੀ ਨਾ ਉਹਨੂੰ ਮਨਾ ਕੇ ਲਿਆਉਂਦੇ ਹੁੰਦੇ ਸੀ ਅਗਲੇ। ਉੱਥੇ ਇੱਕ ਗੁਰਦੁਆਰਾ ਆਉਂਦਾ ਸੀ ਉਹ ਆਉਂਦਾ ਸੀ ਉੱਥੇ ਬੜਾ ਨਾਮ ਜਪਦੇ ਹੁੰਦੇ ਸੀ ਲੋਕ। ਸਾਡਾ ਪਾਇਆ ਸੀ ਇੱਕ ਉਹ ਬਹੁਤਾ ਹੁੰਦਾ ਸੀ। ਅੱਛਾ ਅੱਛਾ। ਸਾਨੂੰ ਸਿੱਖ ਛੱਡ ਕੇ ਗਏ ਸੀ ਇੱਥੇ ਡੇਰੇ। ਅੱਛਾ ਆਣ ਕੇ ਡੇਰੇ ਦਿਲ ਕਰਦਾ ਪਿੰਡ ਵੇਖਣ ਨੂੰ ਕਿ ਕੋਈ ਨਾ ਵੇਖਣ ਨੂੰ ਕਰਦਾ ਵਾਤਾ ਦਿਲ ਦਿਲ ਕਰਦਾ ਹੈ। ਹਾਂ ਜਿੱਥੇ ਜੰਮੇ ਪਲੇ ਹੋ ਤੁਸੀਂ ਖੇਡਦੇ ਰਹੇ ਉਹ ਕਦੀ ਚੇਤੇ ਨਹੀਂ ਆਇਆ ਪਿੰਡ ਆਪਣਾ? ਬੜਾ ਚੇਤਾ ਵਾ। ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ, 1947 ਦੇ ਵੰਡ ਵੇਲੇ ਤੱਕ ਨਵੀਂ ਵੀਡੀਓ ਨਾਲ ਤੁਹਾਡੇ ਖਿਦਮਤ 'ਚ ਹਾਜ਼ਰ ਹਾਂ। ਸਾਡਾ ਇਸ ਟਾਈਮ ਬਜ਼ੁਰਗ ਮੌਜੂਦ ਨੇ ਜਿਹੜੇ ਚੜ੍ਹਦੇ ਪੰਜਾਬੋਂ 47 ਟਾਈਮ ਆਏ ਸਾਨੂੰ ਉੱਜੜ ਕੇ। ਅੱਜ ਇਹਨਾਂ ਦੀ ਕਹਾਣੀ ਰਿਕਾਰਡ ਕਰਨ ਵਾਸਤੇ ਪਿੰਡ ਪਹੁੰਚੇ ਹਾਂ ਜੀ ਇਹਨਾਂ ਦੇ, ਅਤੇ ਉਹ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਸਾਰੀ ਕਹਾਣੀ ਇਹਨਾਂ ਦੀ ਇਹਨਾਂ 'ਚ ਬਣੀ ਸੁਣੀ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਂ ਆਪਣਾ? ਤਾਜਦੀਨ। ਤਾਜਦੀਨ? ਹਾਂ। ਅੱਛਾ ਬਾਬਾ ਜੀ, ਕੌਮ ਕਿਹੜੀ ਆਪਣੀ? ਮਲਕ। ਮਲਕ? ਹਾਂ। ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ? ਲੱਭੂ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਹੈ? ਲੱਭੂ। ਲੱਭੂ? ਹਾਂ। ਅੱਛਾ ਅੱਛਾ, ਸਹੀ ਹੈ। ਬਾਬਾ ਜੀ ਤੁਸੀਂ ਇੱਧਰ ਦੇ ਹੋ ਕਿ ਉੱਧਰ ਆਏ ਸੋ? ਇੰਡੀਆ ਚੋਂ। ਇੰਡੀਆ ਤੋਂ ਆਏ ਆ ਤੇ। ਅੱਛਾ, ਆਪਣਾ ਕਿਹੜਾ ਪਿੰਡ ਸੀ ਉੱਥੇ? ਗੁਰਦਾਸਪੁਰ ਚਾਲ ਵਿਸਾਲੇ ਲਾਗੇ। ਚਾਲ ਬਟਾਲੇ ਦੇ ਲਾਗੇ ਚਾਲ? ਆਹੋ। ਅੱਛਾ 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 ਜੀ, ਬਾਬਾ ਜੀ ਕਹਿ ਰਿਹਾ ਕਿ ਮੇਰਾ ਪਿੰਡ ਜਿਹੜਾ ਹੈ ਉਹ ਚਾਲ ਹੈ, ਬਟਾਲੇ ਦੇ ਨਾਲ ਹੈ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਬਾਬਾ ਜੀ ਆਪਣਾ ਪਿੰਡ ਕਿੱਡਾ ਕੁ ਹੁੰਦਾ ਸੀ? ਬੜਾ ਝੰਬਲਾ ਝੰਬਲਾ ਪਿੰਡ ਸੀ। ਅੱਛਾ ਜੀ, ਮੈਂ ਝੰਬਲਾ ਪਿੰਡ ਸੀ। ਬੜਾ ਵੱਡਾ ਪਿੰਡ ਸੀ? ਬੜਾ ਪਿੰਡ ਹੁੰਦਾ। ਅੱਛਾ, ਸਿੱਖ ਬੜੇ ਹੁੰਦੇ ਸੀ ਉੱਥੇ। ਅੱਛਾ। ਹਾਂ। ਬਾਬਾ ਜੀ ਉੱਥੇ ਮੁਸਲਮਾਨ ਕੌਮ ਕਿਹੜੀ ਕਿਹੜੀ ਸੀ? ਇਹੋ ਮੁਸਲਮਾਨ ਮਦਕ ਹੀ ਸੀ। ਹੋਰ ਕਿਹੜੀ ਕੌਮ ਸੀ? ਹੋਰ ਮਰਾਸੀ ਬਰੂਸੀ ਪਤਾ ਬਥੇਰੇ। ਬਾਬਾ ਜੀ ਤੁਸੀਂ ਕਿੱਡੇ ਕੁ ਸੋ? ਉਦੋਂ ਅਸੀਂ ਮੈਂ ਆਪਣੇ ਪਿਓ ਨੂੰ ਹਾਲ ਵੀ ਰਹਿਣ ਕਢਾਉਂਦਾ ਹੁੰਦਾ। ਅੱਛਾ। ਗੁੱਸੇ ਹੋ ਜਾਂਦਾ ਨਾ ਉਹਨੂੰ ਮਨਾ ਕੇ ਲਿਆਉਂਦੇ ਹੁੰਦੇ ਸੀ ਅਗਲੇ। ਇੱਥੇ ਆਉਂਦੇ ਤੈਨੂੰ ਗੁੱਸੇ ਹੁੰਦਾ ਤੇ ਹੁੰਦਾ ਵੇ। ਹੁਣ ਤੇ ਭਰਾ ਵੀ ਰੁੱਸਿਆ ਉਹਨੂੰ ਨਹੀਂ ਇਨਸਾਈ ਮਨਾਉਂਦੇ ਹੈ? ਹੁਣ ਤੇ ਭਰਾ ਵੀ ਰੁੱਸਿਆ ਉਹਨੂੰ ਨਹੀਂ ਮਨਾਉਂਦੇ ਆ? ਨਾ ਨਾ, ਉਹਦਾ ਰਿਸ਼ਤਾ ਦੇ ਦੂਰ। ਹਾਂ ਹੁਣ ਆਉਂਦੇ ਰੁੱਸਦਾ ਤਾਂ ਰੁੱਸੇ ਤੇ ਆ। ਬਾਬਾ ਜੀ ਆਪਣੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੈ ਤੁਹਾਡੇ ਪਿੰਡ ਦੀਆਂ? ਹੈਂ? ਪੱਤੀਆਂ ਕਿੰਨੀਆਂ ਹੈ ਤੁਹਾਡੇ ਪਿੰਡ ਦੀਆਂ? ਪੱਤੀਆਂ ਬਥੇਰੀਆਂ ਪੱਤੀਆਂ। ਨੰਬਰਦਾਰ ਦਾ ਕੋਈ ਚੇਤੇ ਆ ਨਾਂ? ਹਾਂਜੀ। ਕਿੰਨੇ ਸਨ ਬਾਬਾ ਨੰਬਰਦਾਰ? ਹਾਂਜੀ ਨੰਬਰਦਾਰ ਹੈ ਦੋ ਤਿੰਨ। ਨਾਂ ਕੋ ਦੱਸੋ ਕਿਸੇ ਦਾ? ਆਪਣਾ ਪਿੰਡ ਬਾਬਾ ਫਿਰ ਤਗੜਾ ਸੀ ਤੁਹਾਡਾ ਹੈ? ਹਾਂਜੀ ਬੜਾ ਤਗੜਾ ਸੀ ਪਿੰਡ। ਬਾਬਾ ਮਸੀਤਾਂ ਐਸਾ ਉੱਥੇ? ਮਸੀਤਾਂ ਆਪਣੀਆਂ? ਹਾਂ ਤੁਹਾਡੀਆਂ ਮਸਜਿਦਾਂ ਐਸਾ? ਮਸਜਿਦਾਂ ਉੱਥੇ? ਹਾਂਜੀ ਮਸਜਿਦ। ਹਾਂਜੀ ਕਿੰਨੀਆਂ ਸਾਂ? ਹੈ ਬਸੇਰੀਆ ਹੀ।
ਜਨਮ ਯੋਗ ਜਾਂ ਨਹੀਂ ਵਧੀਆ ਮਨਸਾ ਹੈ ਤੇ ਇਹਨਾਂ ਦੇ ਗੁਰਦੁਆਰੇ ਹਾਂ ਗੁਰਦੁਆਰਾ ਉੱਥੇ ਉੱਥੇ ਇੱਕ ਗੁਰਦੁਆਰਾ ਆਉਂਦਾ ਸੀ ਉਹ ਆਉਂਦਾ ਸੀ ਉੱਥੇ ਬੜਾ ਨਾਮ ਜਪਦੇ ਹੁੰਦੇ ਸੀ ਲੋਕ ਅੱਛਾ ਹਾਂ ਕੀ ਕਰਦੇ ਹਾਂ ਗੁਰਦੁਆਰੇ ਕੀ ਨਾਮ ਜਪਦੇ ਮਸਲਨ ਉੱਥੇ ਉਹਦਾ ਪਤਾ ਬਸੇਰਾ ਦਬਦੇ ਹੁੰਦੇ ਸੀ ਬਾਬਾ ਜੀ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ ਤੁਹਾਡਾ ਘਰ ਹਾਂ ਤੁਹਾਡਾ ਘਰ ਕਿਵੇਂ ਦਾ ਸੀ ਨਕਸ਼ਾ ਦੱਸੋ ਹਾਂ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ ਆਹੋ ਤੁਹਾਡਾ ਘਰ ਕਿਵੇਂ ਦਾ ਹੁੰਦਾ ਸੀ ਦੱਸੋ ਹਾਂ ਨਕਸ਼ਾ ਯਾਦ ਹੈ ਤੁਹਾਡਾ ਘਰ ਕਿਵੇਂ ਦਾ ਸੀ ਹਾਂਜੀ ਸਾਰਾ ਅੱਛਾ ਕੱਚਾ ਕੱਚਾ ਸੀ ਅੱਛਾ ਹਾਂ ਵਾਹ ਵੱਡਾ ਘਰ ਸੀ ਹਾਂ ਸਾਰਾ ਕੱਚਾ ਸੀ ਹੈ ਹਾਂਜੀ ਹਾਂਜੀ ਕੱਚੇ ਸੀ ਉੱਥੇ ਸਾਰੇ ਮਕਾਨ ਕੱਚੇ ਸੀ ਅੱਛਾ ਅੱਛਾ ਪੱਕਾ ਕੋਈ ਵੀ ਨਹੀਂ ਸੀਗਾ ਕਿਸੇ ਦਾ ਮਕਾਨ ਪੱਕਾ ਹੋਊਗਾ ਕਿਸੇ ਦਾ ਕੱਚਾ ਹੀ ਆ ਹਾਂ ਕੱਚੇ ਮਕਾਨ ਸੀ ਤੇ ਬਾਬਾ ਕੀ ਕਰਦਾ ਹੁੰਦਾ ਸੀ ਤੂੰ 15-16 ਸਾਲ ਸਕੂਲੇ ਜਾਣਾ ਸੀ ਕਿ ਨਹੀਂ ਸਕੂਲੇ ਜਾਂਦੇ ਹੁੰਦੇ ਗਿਆ ਸਕੂਲੇ ਤੁਸੀਂ ਉੱਥੇ ਹੈਂ ਸਕੂਲੇ ਗਿਆ ਸੀ ਉੱਥੇ ਕਿ ਨਹੀਂ ਸਕੂਲੇ ਨਹੀਂ ਨਹੀਂ ਗਿਆ ਅੱਛਾ ਨਹੀਂ ਗਿਆ ਸਕੂਲ ਹਾਂ ਤੇ ਕੀ ਕਰਦਾ ਸੀ ਏਡਾ ਵੱਡਾ ਧਿਆ ਅਸੀਂ ਹਲ ਵਾਹੁੰਦੇ ਹੁੰਦੇ ਹਾਂ ਅੱਛਾ ਰੋਟੀ ਰੋਟੀ ਲੈ ਕੇ ਜਾਂਦੇ ਹਾਂ ਅੱਛਾ ਹਲ ਵਾਹੁੰਦੇ ਹੁੰਦੇ ਸੀ ਆਪਣੇ ਪੈਰੀ ਦਾ ਬੀਜਦੇ ਹੁੰਦੇ ਹਾਂ ਬਾਬਾ ਕਿੰਨੀ ਜ਼ਮੀਨ ਸੀ ਆਪਣੀ ਜ਼ਮੀਨ ਹੈ 5-6 ਪੈਰੀ ਦਾ ਅੱਛਾ ਅੱਛਾ ਤੇ ਪਾਣੀ ਖੂਹ ਹੋਇਆ ਸੀ ਆਹੋ ਆਪਣਾ ਖੂਹ ਵੀ ਸੀ ਪੈਣੀ ਖੂਹ ਦੁਆਟਾ ਹੈ ਖੂਹ ਅੱਛਾ ਦੁਆਟਾ ਹਾਂ ਹਾਂ ਦੁਆਟਾ ਹੈ ਖੂਹ ਅੱਛਾ ਅੱਛਾ ਹਾਂ ਤੇ ਕੀ ਲਾਉਂਦੇ ਹੁੰਦੇ ਹੋ ਪੈਲੀਆਂ ਵਿੱਚ ਫਸਲਾਂ ਪੈਰੀ ਕਣਕ ਕੁਣਕ ਬੀਜਦੇ ਹੁੰਦੇ ਸੀ ਕੁਚਾ ਮਾਂ ਮੂੰਹ ਬੀਜਦੇ ਹੁੰਦੇ ਸੀ ਪਿਆਰ ਬੀਜਦੇ ਹੁੰਦੇ ਸੀ ਅੱਛਾ ਅੱਛਾ ਬਾਬਾ ਆਪਣੇ ਪਿੰਡ ਦੇ ਲਾਗੋ ਨਹਿਰ ਆਇਆ ਸੀ ਕੋਈ ਨਹਿਰ ਨਹਿਰ ਬੜੀ ਸੀ ਨਹਿਰ ਪਿਛਾ ਸੀ ਸਾਡੇ ਪਿੰਡ ਹੈਗੀ ਸੀ ਨਹਿਰ ਅੱਛਾ ਹਾਂ ਨਹਿਰ ਇੱਧਰ ਹੁੰਦੀ ਸੀ ਨਹਿੰਦੇ ਬੰਦਿਆਂ ਦਾ ਸੀ ਚੜ੍ਹਦੇ ਬੰਦਿਆਂ ਦਾ ਤੇ ਲਾਗੇ ਕੋਈ ਜਿਹੜੇ ਪਿੰਡ ਨੇ ਉਹਨਾਂ ਦਾ ਨਹੀਂ ਨਾਂ ਚੇਤਾ ਪਿੰਡ ਕਿਹੜੇ ਕਿਹੜੇ ਹੈ ਲਾਗੇ ਜਿਵੇਂ ਸਾਡੇ ਲਾਗੇ ਝੱਬਾ ਰੇ ਸਰਕੇ ਆ ਦਾਦਰ ਚਾਹ ਹੈਗਾ ਸੀ ਦੁਨੀਆਂ ਬਾਰ ਬਥੇਰੇ ਸੀ ਚਾਹ ਦਾ ਹਮ ਬਥੇਰੇ ਸੀ ਹਮ ਬਥੇਰਾ ਪਿੰਡ ਸੀ ਪਿੰਡ ਕਿਸੇ ਦਾ ਨਾਂ ਚੇਤੇ ਨਹੀਂ ਹਾਂ ਭੁੱਲ ਗਏ ਮਤਲਬ ਚੇਤੇ ਭੁੱਲ ਗਏ ਨੇ ਭੁੱਲ ਗਏ ਅੱਛਾ ਅੱਛਾ ਸਹੀ ਹੈ ਬਾਬਾ ਟੱਗੇ ਕਿੰਨੇ ਹਾਂ ਇੱਕ ਜੋੜੀ ਕਿ ਦੋ ਹਾਂ ਟੱਗੇ ਕਿੰਨੇ ਰੱਖੇ ਸਤਵਾਂ ਟੱਗੇ ਟੱਗੇ ਦਾ ਤਿੰਨ ਚਾਰ ਰੱਖੇ ਜਿੱਥੋਂ ਵੀ ਮਨ ਆਉਣਾ ਹੈ ਆਹੋ ਤੇ ਕਿਵੇਂ ਚਲਾਉਂਦੇ ਹੁਣ ਸਾਨੂੰ ਤਾਂ ਟਰੈਕਟਰਾਂ ਦਾ ਪਤਾ ਵੀ ਐਂ ਟਰੈਕਟਰ ਚੱਲਦੇ ਤੁਸੀਂ ਕਿਵੇਂ ਤੋਰਦੇ ਹੁੰਦੇ ਹੋ ਟੱਗਿਆਂ ਨੂੰ ਹਾਂ ਟੱਗਿਆਂ ਨੂੰ ਕਿਵੇਂ ਮੰਨਦੇ ਹੁੰਦੇ ਸੋ ਖੋਪੇ ਦੇ ਕੇ ਨਹੀਂ ਨਹੀਂ ਤੇ ਉਹਨਾਂ ਨੂੰ ਮੋੜਦੇ ਕਿਵੇਂ ਸੋ ਹਾਂ ਉਹਨਾਂ ਨੂੰ ਮੋੜਦੇ ਕਿਵੇਂ ਸੋ ਹਾਂ ਮੈਂ ਕਿਹਾ ਜਦੋਂ ਮੋੜਦੇ ਸੋ ਉਹਨਾਂ ਨੂੰ ਟੱਗਿਆਂ ਨੂੰ ਬੰਨ੍ਹਦੇ ਹੋਇਆ ਕਿਵੇਂ ਮੋੜਦੇ ਹੁੰਦੇ ਸੀ ਪਰਾਲੀਆਂ ਦਾ ਮੋੜਦੇ ਹੁੰਦੇ ਸੀ ਪੁਰਾਣੀਆਂ ਨਾ ਹਾਂ ਸਹੀ ਹੈ ਪਰਾਲੀ ਉੱਥੇ ਛੱਡਣਾ ਬੜੀ ਹਾਂ ਤੇ ਬਾਬਾ ਜੀ ਆਪਣੇ ਪਿੰਡ ਦੇ ਵਿੱਚ ਜਿਹੜਾ ਸਿੱਖ ਰਹਿੰਦੇ ਹਾਂ ਸਿੱਖ ਹਾਂ ਉਹਨਾਂ ਦਾ ਨਾਂ ਚੇਤਾ ਕਿਸੇ ਦਾ ਨਹੀਂ ਕੋਈ ਨਾਂ ਨਹੀਂ ਤੁਹਾਡੇ ਗਵਾਂਢੀ ਕੋਈ ਨਹੀਂ ਹੈ ਕੋਈ ਸਿੱਖ ਹਾਂ ਤੁਹਾਡੇ ਗਵਾਂਢੀ ਹੈ ਸੀ ਸਿੱਖਾਂ ਦਾ ਘਰ ਕੋਈ ਕਿ ਨਹੀਂ ਹਾਂ ਨਹੀਂ ਸਾਡੇ ਲਾਗੇ ਹੈ ਵੀ ਕੋਈ ਹਾਂ ਲਾਦੇ ਸੀ ਸਿੱਖ ਸਾਡੇ ਬਹੁਤ ਬਾਅਦ ਸੀ ਸਾਰੇ ਅੱਛਾ ਆਪਣੇ ਪਿੰਡ ਹਾਂ ਇੱਕ ਪਤਨੀ ਸਾਡੀ ਸੀ ਉਹ ਬੁਸਲਵਾਦਾ ਦੀ ਸੀ ਸਾਰੇ ਅੱਛਾ ਅੱਛਾ ਹਾਂ ਤੇ ਪਿੰਡ ਵਿੱਚ ਖਰਾਸ ਹੁੰਦੇ ਆ ਤੁਹਾਡੇ ਖਰਾਸ ਆਟੇ ਵਾਲੇ ਖਰਾਸ ਬੜੇ ਸੀ ਅੱਛਾ ਖਰਾਸ ਬਹੁਤ ਸੀ ਹਾਂ ਤੇ ਕੋਲੂ ਤੇਲ ਵਾਲੇ ਕੋਲੂ ਵੀ ਤੇਲ ਵਾਲੇ
ਤੁਹਾਡਾ ਵੀ ਆਇਆ ਸੀ ਕੋਈ ਨਾ? ਹਾਂ ਉਹ ਹੈਗਾ ਸੀ। ਹਾਂ ਅੱਛਾ ਅੱਛਾ, ਸਾਡਾ ਪਾਇਆ ਸੀ ਇੱਕ, ਉਹ ਬਹੁਤ ਆਉਂਦਾ ਸੀ। ਅੱਛਾ ਅੱਛਾ, ਹਾਂ ਸਾਰੇ ਪਿੰਡ ਦੇ ਤੁਹਾਡੇ ਕੋਲ ਹਾਂ ਉਹ ਲੈ ਕੇ ਆਉਣੇ ਹੁੰਦੇ ਹੋਣੇ ਸਰੋਂ ਵਗੈਰਾ? ਹਾਂ ਅੱਛਾ ਅੱਛਾ। ਬਾਬਾ ਜੀ, ਘਰਾਂ ਵਿੱਚ ਪਾਣੀ ਇਸਤੇਮਾਲ ਕਿੱਥੋਂ ਕਰਦੇ ਸੀ ਪੀਣ ਵਾਲਾ? ਹਾਂ, ਘਰਾਂ ਵਿੱਚ ਜਿਹੜਾ ਪਾਣੀ ਇਸਤੇਮਾਲ ਹੁੰਦਾ ਸੀ ਕਿੱਥੋਂ ਲਿਆਉਂਦੇ ਹੁੰਦੇ ਸੀ? ਬਾਬੇ ਪਿੰਡ ਦੇ ਵਿੱਚ ਹਿੰਦੂ ਵੀ ਆਇਆ ਸਾ, ਹਿੰਦੂ ਖੱਤਰੀ? ਹਾਂ, ਤੁਹਾਡੇ ਪਿੰਡ ਵਿੱਚ ਹਿੰਦੂ ਖੱਤਰੀ ਵੀ ਐਸਾ ਕੋਈ? ਖੱਤਰੀ ਬੜੇ ਸੀ। ਕੀ ਕੰਮ ਕਾਰ ਕਰਦੇ ਹਾਂ? ਬੜੇ ਖੱਤਰੀ ਸੀ ਉੱਥੇ। ਕੀ ਕਰਦੇ ਹੁੰਦੇ ਹਾਂ? ਮੈਂ ਕੰਮ ਉਹ ਇਹੋ ਜਿਹਾ ਦੁਕਾਨਾਂ ਦਾ ਕੰਮ ਕਰਦੇ ਹੁੰਦੇ ਸੀ। ਅੱਛਾ, ਦੁਕਾਨਾਂ ਬਣਾਈਆਂ ਸੈਂ? ਅੱਛਾ ਅੱਛਾ, ਤੁਸੀਂ ਵੀ ਜਾਂਦੇ ਰਹੋ ਕਿ ਖੱਤਰੀ ਦੁਕਾਨ ਤੇ ਕੋਨਾ ਸੌਦਾ ਲੈਣ? ਹਾਂਜੀ ਹਾਂਜੀ। ਸੁਣਾਓ ਕੋ ਗੱਲ ਬਾਬਾ। ਹਾਂਜੀ, ਜਿੰਨੀ ਮੈਂ ਗੱਲ ਪੁੱਛਣਾ ਉਨੀ ਦੱਸ ਦੇ ਜੀ। ਹਾਂਜੀ ਜਾਂਦੇ ਹੁੰਦੇ ਸੀ। ਅੱਛਾ, ਆਪਣਾ ਸੌਦਾ ਉੱਥੇ ਲਿਆਉਂਦੇ ਹੁੰਦੇ ਸੀ ਖੱਤਰੀਆਂ ਕੋਲ? ਹਾਂ ਹਾਂ ਹਾਂ। ਬਾਬਾ, ਪਿੰਡ ਜਿਹੜੇ ਸਿੱਖ ਸਨ, ਹੈਂ, ਪਿੰਡ ਵਿੱਚ ਸਿੱਖ ਵੀ ਸਨ, ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਭ ਕੋਲ ਸੀ। ਲੜਾਈ ਲੜੂਈ ਹੁੰਦੀ ਕਿ ਸਹੀ ਰਹਿੰਦੇ ਹੁੰਦੇ ਸੀ? ਨਾ ਨਾ, ਆਦਾ ਦੇ ਬੜੇ ਵੈਰ ਸੀ। ਹਾਂ, ਲੜਦੇ ਲੜਦੇ ਕੋਈ ਨਹੀਂ ਸਨ? ਨਾ। ਕੋਈ ਨਹੀਂ ਲੜਦਾ। ਹਾਂ, ਕੋਈ ਨਹੀਂ ਲੜਦਾ। ਅੱਛਾ ਅੱਛਾ, ਉਹਨਾਂ ਜਿਹੜਾ ਜਿਹੜਾ ਡਰ ਪੈਦਾ ਬਾਬਾ ਜੀ, ਜਿਹੜੇ ਪਿੰਡ ਦੇ ਸਿੱਖ ਤੇ ਮੁਸਲਮਾਨ ਤੇ ਈਸਾਈ ਵੀ ਆਉਣਗੇ ਤੁਹਾਡੇ ਪਿੰਡ ਚ? ਹਾਂ, ਈਸਾਈ ਵੀ ਆਇਆ ਸਾ ਪਿੰਡ ਚ? ਈਸਾਈ ਈਸਾਈ ਹੈਗਾ ਸੀ। ਅੱਛਾ, ਖਾਂਦੇ ਸੀ ਮਕਾਨ ਗੁਰਦੁਆਰੇ ਸੀ। ਬਾਬਾ ਜੀ, ਤੁਹਾਡੇ ਉੱਥੇ ਬੇਲੀ ਕਿਹੜੇ ਕਿਹੜੇ ਸਨ? ਬੇਲੀ ਉਹਨਾਂ ਦਾ ਕੋਈ ਨਾਂ ਦੱਸ ਦੋ। ਬੇਲੀ ਕੋਈ ਵੀ ਨਹੀਂ ਸਾਡਾ, ਅਸੀਂ ਰਾਹ ਬਣਾਏ ਸੀ। ਕਿਉਂ, ਉਹ ਤਾਂ ਬੇਲੀ ਕਿਉਂ ਨਹੀਂ ਸੀ ਬਣਾਉਂਦੇ? ਨਾ ਨਾ। ਹਾਂ, ਓਏ ਵਦਾਂ ਨੂੰ ਭੁੱਲ ਗਏ ਅੱਜ ਆਜ ਦੇ ਆਏ ਨਹੀਂ। ਮੁਸਲਮਾਨ ਬੇਲੀ ਦਾ ਵੀ ਨਾਂ ਨਹੀਂ ਚੇਤਾ ਕਿਸੇ ਦਾ? ਮੁਸਲਮਾਨ ਹੈ ਉਹ ਬੇਲੀ। ਬੇਲੀ ਮੈਂ ਕਿਸੇ ਦਾ ਨਾਂ ਚੇਤਾ ਹੋਵੇ, ਮੁਸਲਮਾਨ ਹੀ ਹੋਵੇ। ਹਾਂ, ਕੋਈ ਵੀ ਨਹੀਂ ਬਣਾਇਆ। ਹਾਂ, ਨਹੀਂ ਬਣਾਇਆ ਕੋਈ ਬੇਲੀ। ਅੱਛਾ, ਹਾਂ ਤੇ ਬਾਬਾ, ਪਿੰਡ ਮੇਲਾ ਲੱਗਦਾ ਹੁੰਦਾ ਸੀ ਕੋਈ ਮੇਲਾ? ਮੇਲਾ ਚਾਰ ਨਾਲੇ ਲੱਗਦੇ ਆ, ਬਾਬਾ ਕੌਡੀ ਹੁੰਦੀ ਹੁੰਦੀ ਮੇਲਿਆਂ ਤੇ? ਕੌਡੀ ਕੌਡੀ ਬੜੀ ਹੁੰਦੀ ਸੀ, ਬੜੀ ਕੌਡੀ ਹੁੰਦੀ ਸੀ। ਉਹ ਪਿੰਡ ਦੇ ਵਿੱਚ ਬੜੀ ਕੌਡੀ ਹੁੰਦੀ ਸੀ, ਸੁਹਾਗਾ ਬੜਾ ਚੁੱਕਦੇ ਹੁੰਦੇ ਸੀ ਉੱਥੇ। ਹਾਂ, ਬੜਾ ਉਹਦਾ ਪਤਾ ਚੁੱਕਦੇ ਹੁੰਦੇ ਸੀ, ਬੋਰੀਆਂ ਭਰ ਕੇ ਬੋਰੀਆਂ ਚੁੱਕਦੇ ਹੁੰਦੇ ਸੀ। ਹਾਂ, ਸੁਹਾਗਾ ਚੁੱਕਦੇ ਹੁੰਦੇ ਸੀ। ਹਾਂ,
ਬਾਬਾ ਜਦੋਂ ਈਦ ਆਉਂਦੀ ਸੀ ਵੱਡੀ ਈਦ ਈਦ ਆਹੋ ਤੇ ਉਦੋਂ ਕੁਰਬਾਨੀ ਕਰਦੇ ਹੋ ਤੁਸੀਂ ਸਿੱਖ ਲੜਦੇ ਨੇ ਆ ਵੀ ਤੁਸੀਂ ਗਾਂ ਨਾ ਕਰੋ ਨਾ ਨਾ ਕੋਈ ਦਰਦਾ ਨਹੀਂ ਅੱਛਾ ਕੋਈ ਨਹੀਂ ਦਰਦਾ ਸਹੀ ਰਹਿ ਰਹੇ ਆਪਾਂ ਪਹਿਲੇ ਕਰੀ ਕੁਰਬਾਨੀ ਦੇਣੀ ਆਪਾਂ ਪਹਿਲੇ ਕਰੀ ਗਾਂ ਕਰਨ ਦਿੰਦੇ ਹਾਂ ਗਾਂ ਨਹੀਂ ਗਾਂ ਕੋਈ ਵੀ ਕਰਦਾ ਸਾਡੇ ਕੋਈ ਨਹੀਂ ਕਰਦਾ ਕੋਈ ਗਾਂ ਸਾਡੇ ਨਹੀਂ ਕੋਈ ਕਰਦਾ ਗਾਂ ਅੱਛਾ ਬਾਬਾ ਫਿਰ ਥੋੜੀ ਗੱਲ ਸੁਣਾਓ ਤੁਸੀਂ ਕਿਵੇਂ ਨਿਕਲੇ ਸੀ ਫਿਰ ਉਧਰੋਂ ਜਦੋਂ ਨਿਕਲੇ ਕਿਹੜਾ ਟਾਈਮ ਸੀ ਜਦੋਂ ਪਾਕਿਸਤਾਨ ਨੂੰ ਤੁਸੀਂ ਆਉਣਾ ਸੀ ਜਦੋਂ ਤੁਸੀਂ ਪਾਕਿਸਤਾਨ ਇਹ ਦਸਤਾਦ ਬੋਲਿਆ ਅੱਛਾ ਪਾਕਿਸਤਾਨ ਬੋਲਿਆ ਸੀ ਇੱਥੇ ਇਹ ਦਸਤਾਦ ਬੋਲ ਗਿਆ ਮੈਂ ਮਾਰ ਹੋ ਗਏ ਅੱਛਾ ਹਾਂ ਇਹਦਾ ਪਾ ਮੁਸਲਮਾਨ ਹੀ ਬੋਲਿਆ ਸੀ ਫਿਰ ਇਹ ਦਸਤਾਦ ਬੋਲ ਪਿਆ ਅੱਛਾ ਨਹੀਂ ਤਾਂ ਤੁਸੀਂ ਘਰੋਂ ਮੈਂ ਕਿਹੜੇ ਟਾਈਮ ਰਾਤ ਨੂੰ ਨਿਕਲੇ ਕਿ ਦਿਨੇ ਤੁਹਾਡੇ ਪਿੰਡ ਦੇ ਸਿੱਖ ਛੱਡਣ ਆਏ ਸਨ ਕਿਹੜੇ ਸਨ ਉਹਦਾ ਨਾਂ ਕੁਝ ਦੱਸੋ ਹਾਂ ਤੁਹਾਡੇ ਵੇਖਣਗੇ ਵੀਡੀਓ ਕਾਹਦਾ ਨਾਂ ਪੜ ਪੜ ਗਏ ਆ ਅੱਛਾ ਹਾਂ ਬਾਬਾ ਜਦੋਂ ਘਰੋਂ ਨਿਕਲੇ ਸੀ ਤੁਸੀਂ ਕੀ ਕੁਝ ਲਿਆ ਸਾ ਜੇ ਘਰੋਂ ਕੁਛ ਵੀ ਨੀ ਖਾਦੀ ਵਿਕਦਾ ਹੈ ਤੇ ਜਿਹੜੇ ਢੱਗੇ ਸਨ ਹਾਂ ਤੇ ਖਾਦੀ ਢੱਗੇ ਲਿਆਂਦੇ ਢੱਗੇ ਨਾ ਨਾ ਢੱਗੇ ਉਸੇ ਰਹਿੰਦੇ ਸੀ ਉਹ ਕਿਹਨੂੰ ਦਿੱਤੇ ਆ ਤੁਹਾਨੂੰ ਇਹ ਤਾਂ ਪੁੱਛਣ ਆ ਮੈਨੂੰ ਦੱਸੋ ਅਗੇ ਉਹ ਸਿੱਖਾਂ ਦੇ ਨਾਲ ਲੈ ਗਏ ਸੀ ਅੱਛਾ ਅੱਛਾ ਨਹੀਂ ਕਿਸੇ ਦੇ ਹਵਾਲੇ ਕਰ ਆਏ ਕਿ ਉਹ ਛੱਡ ਦਿੱਤੀਆਂ ਅੱਖ ਹਾਂ ਕਿਉਂ ਬਾਬਾ ਜੀ ਹੈ ਮੈਂ ਕਹਿ ਰਿਹਾ ਵੀ ਮੱਝਾਂ ਵੀ ਰੱਖੀਆਂ ਹੋਣੀਆਂ ਤੁਸੀਂ ਮੱਝਾਂ ਡੰਗਰ ਵੀ ਰੱਖੇ ਹਾਂਜੀ ਹਾਂਜੀ ਤੇ ਉਹ ਕਿਸੇ ਦੇ ਹਵਾਲੇ ਕੀਤੇ ਹਾਂ ਜਾਂ ਇੰਜੀ ਛੱਡ ਦਿੱਤੇ ਹਾਂਜੀ ਮੈਂ ਕਿਸੇ ਨੂੰ ਫੜਾ ਕੇ ਆਇਆ ਸੀ ਕਿ ਉਹ ਛੱਡ ਦਿੱਤੇ ਉਹਨੂੰ ਛੱਡ ਦਿੱਤੇ ਸੀਗੇ ਅੱਛਾ ਜੀ ਰਸੇ ਰੁਸੇ ਖੋਲ ਦਿੱਤੇ ਹੈ ਹਾਂ ਸਭ ਉਹਨਾਂ ਨੂੰ ਛੱਡ ਦਿੱਤੇ ਸਹੀ ਹੈ ਫਿਰ ਤੁਸੀਂ ਪੈਦਲ ਆਏ ਸੀ ਉੱਥੋਂ ਹਾਂਜੀ ਪੈਦਲ ਆਏ ਸੀ ਪੈਦਲ ਹੀ ਆਏ ਤੇ ਆਪਣਾ ਗੱਡਾ ਕੋਈ ਨਹੀਂ ਸੀ ਕੋਈ ਹੈ ਗੱਡਾ ਆਇਆ ਸੀ ਆਪਣਾ ਹਾਂ ਗੱਡਾ ਆਇਆ ਸੀ ਤੁਹਾਡਾ ਗੱਡਾ ਗੱਡਾ ਤਾਂ ਹੈ ਨਹੀਂ ਤੁਹਾਡਾ ਕੋਈ ਸੀ ਗੱਡਾ ਹਾਂ ਹੈ ਨਹੀਂ ਕੋਈ ਗੱਡਾ ਗੁੱਡਾ ਤੇ ਅੱਛਾ ਬਾਬਾ ਆਪਣੇ ਪਿੰਡ ਵਿੱਚ ਨਹੀਂ ਅੱਗ ਲੱਗੀ ਕੋਈ ਹਾਂ ਤੁਹਾਡੇ ਪਿੰਡ ਵਿੱਚ ਸਿੱਖਾਂ ਨੇ ਅੱਗ ਤਾਂ ਨਹੀਂ ਸੀ ਲਾਈ ਨਹੀਂ ਕਿਸੇ ਨੇ ਨਹੀਂ ਸੀ ਲਾਈ ਅੱਛਾ ਅੱਛਾ ਹਾਂ ਮਾਰਕੀਟ ਆਈ ਤੇ ਨਹੀਂ ਹੋਈ ਪਿੰਡ ਚ ਨਾ ਨਾ ਵਾਟਰ ਟੋਕ ਨਾ ਨਾ ਅੱਛਾ ਅੱਛਾ ਕੋਈ ਕੋਈ ਗੱਲ ਦੇ ਕੋਈ ਬਾਤ ਦੇ ਇਹਦਾ ਮਤਲਬ ਤੁਹਾਡੇ ਪਿੰਡ ਵਾਲੇ ਸਿੱਖ ਤੁਹਾਡੇ ਨਾਲ ਸਲੂਕ ਨਾਲ ਸਨ ਹਾਂ ਬੜਾ ਸਲੂਕ ਸੀ ਹਾਂ ਤੁਹਾਨੂੰ ਤੁਸੀਂ ਦੱਸਿਆ ਛੱਡਣ ਆਏ ਆ ਹਾਂਜੀ ਇਹ ਕਿੱਥੋਂ ਤੱਕ ਛੱਡ ਕੇ ਗਏ ਤੁਹਾਨੂੰ ਇੱਥੇ ਡੇਰੇ ਅੱਛਾ ਡੇਰਾ ਬਾਬਾ ਨਾਨਕ ਡੇਰਾ ਹਾਂ ਇਹ ਤੱਕ ਛੱਡ ਕੇ ਗਏ ਤੁਹਾਨੂੰ ਹੈ ਹਾਂਜੀ ਅੱਛਾ ਅੱਛਾ ਤੇ ਬਚ ਬਚਾਈ ਰਿਹਾ ਕੋ ਆਪਣਾ ਵਟੀਚਾ ਵਟੂਚਾ ਤਾਂ ਨਹੀਂ ਰਾਤ ਵਿੱਚ ਹੈ ਰਾਤ ਵਿੱਚ ਵੱਢ ਟੁੱਕ ਤੇ ਨਹੀਂ ਹੋਈ ਰਾਤ ਵਿੱਚ ਆਉਂਦੇ ਹਾਂ ਨਹੀਂ 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 ਹਾਂ ਕੋਈ ਵੱਢ ਫਾਤਾ ਇੱਥੇ ਵੱਢ ਫਾਤਾ ਜੇ ਹੋਈ ਕਿੱਥੇ ਇੱਥੇ ਬੇਰੇ ਇੱਥੇ ਹੋਈ ਸੀ ਹਾਂ ਨਹੀਂ ਤੁਹਾਡੇ ਕਾਫਲੇ ਤੋਂ ਇੱਕ ਪਹਿਲਾਂ ਹੋਈ ਪਈ ਸੀ ਪਹਿਲਾਂ ਅੱਛਾ ਜੀ ਤੁਹਾਡੇ ਤੋਂ ਪਹਿਲਾਂ ਬੁੜੀਆ ਬੜੀਆਂ ਬਣੀਆਂ ਇੱਥੇ ਅੱਛਾ ਬੁੜੀਆਂ ਬੰਦੇ ਬੜੇ ਪਾਏ ਬਾਦਲੇ ਸਿੱਖ ਆਮ ਵੀ ਬੜੇ ਸੀ ਆ ਦੋਵਾਂ ਪਾਸੇ ਫਿਰ ਵਾਟਰ ਟੋਕ ਸੀ ਨਾ ਹਾਂ ਮੁਸਲਮਾਨਾਂ ਦੇ ਬਥੇਰੇ ਪਾਲੇ ਅੱਛਾ ਸਿੱਖਾਂ ਦੇ ਬਥੇਰੇ ਪਾਲੇ ਹਾਂ
ਸਹੀ ਹੈ ਤੇ ਬਾਬਾ ਜੀ ਤੁਸੀਂ ਫਿਰ ਉਧਰੋਂ ਜਦੋਂ ਆਏ ਸੋ ਖਾਣ ਪੀਣ ਕਿਵੇਂ ਰਾਹ ਚ ਕਰਦੇ ਰਹੇ? ਉਹ ਆਧਾ ਆਧਾ ਦੇ ਰਿਹਾ ਸੀ ਤੇ ਪਾਣੀ ਪੂਣੀ ਪੀਣ ਨੂੰ ਲੱਭ ਜਾਂਦਾ ਸੀ ਪਾਣੀ ਪੂਣੀ ਬੜਾ ਦਾਬ ਦਾ ਸੀ ਅੱਛਾ ਰੋਟੀਆਂ ਦਾ ਸੀ ਨਾ ਬਸੇੜੀਆਂ ਦਾ ਦੇ ਹਾਂ ਇਹ ਰੋਟੀ ਰੋਟੀ ਰਾਜ ਹਕੂਮਤ ਦਿੰਦੀ ਸੀ ਕਿ ਬੰਦੇ ਦੇ ਛੱਡਦੇ ਖੁਦਾ ਤਰਸ ਜੀ ਹਾਂਜੀ ਹਕੂਮਤ ਦਿੰਦੀ ਸੀ ਰਾਜ ਰੋਟੀਆਂ ਕਿ ਮੈਂ ਬੰਦੇ ਬੁੰਦਿਆਂ ਨੇ ਆਵਾਮ ਨੇ ਹਾਂ ਕਿੰਨੇ ਦਿੱਤੀਆਂ ਰੋਟੀਆਂ ਰਾਜ ਬਰਾ ਦਿੰਦੇ ਦੇ ਦੋ ਕਿ ਅੱਛਾ ਲੋਕੀ ਵਾਂ ਬਾਬਾ ਫਿਰ ਆਣ ਕੇ ਤੁਸੀਂ ਕਿੱਥੇ ਬੈਠੇ ਸੀ ਉੱਥੋਂ ਆਣ ਕੇ ਪਾਕਿਸਤਾਨ ਚ ਉੱਥੋਂ ਆਣ ਕੇ ਤੇ ਪਿੰਡ ਦਾ ਹੈਗਾ ਖੋਲਾ ਕਿਹੜਾ ਪਿੰਡ ਦਾ ਮੈਨੂੰ ਸਾਹਿਬ ਭੁੱਲ ਗਿਆ ਵਾ ਕਿਹੜੇ ਜ਼ਿਲ੍ਹੇ ਵਿੱਚ ਸੀ ਅਸੀਂ ਫਿਰ ਚਾਰ ਮਸਾਲੇ ਫਿਰ ਝੱਬਰ ਆ ਗਏ ਅੱਛਾ ਝੱਬਰ ਆ ਗਏ ਤੇ ਹਾਂ ਝੱਬਰੋਂ ਇੱਥੇ ਫਿਰ ਜ਼ਮੀਨ ਲਾਟ ਹੋ ਗਈ ਤੁਹਾਨੂੰ ਹਾਂ ਪੂਰੀ ਪੈਲੀ ਮਿਲ ਗਈ ਘੱਟ ਮਿਲੀ ਫਿਰ ਨਹੀਂ ਸਾਡੇ ਪੂਰੀ ਪੈਲੀ ਮਿਲੀ ਹੈ ਅੱਛਾ ਅੱਛਾ ਹਾਂ ਬਾਬਾ ਜੀ ਜਦੋਂ ਸਿੱਖ ਮੁਸਲਮਾਨ ਹਿੰਦੂ ਇਸਾਈ ਤੁਸੀਂ ਸਾਰੇ ਇਕੱਠੇ ਸੋ ਹਾਂ ਹਜੇ ਪਾਕਿਸਤਾਨ ਨਹੀਂ ਸੀ ਬਣਿਆ ਹਾਂ ਤੇ ਉਹ ਵੇਲਾ ਸਹੀ ਸੀ ਕਿ ਹੁਣ ਵਾਲਾ ਵੇਲਾ ਚੇਤਾ ਆਉਂਦਾ ਪਹਿਲਾ ਚੇਤਾ ਵੇਲਾ ਸਾਡਾ ਬੜਾ ਚੇਤਾ ਵਾ ਔਰ ਸਰ ਬੜਾ ਮੁਸਲਮਾਨ ਸੀ ਬੜਾ ਸਲੋਕ ਸੀ ਲੋਕਾਂ ਦਾ ਐਸੇ ਸਲੋਕ ਹੈ ਬਾਬਾ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਬਣਾਇਆ ਮਕਸਦ ਫਿਰ ਪੂਰਾ ਹੋ ਗਿਆ ਸਾਡਾ ਕਿ ਨਹੀਂ ਹਾਂ ਜਿਹਦੇ ਮਕਸਦ ਵਾਸਤੇ ਪਾਕਿਸਤਾਨ ਆਜ਼ਾਦ ਕਰਾਇਆ ਸੀ ਹਾਂ ਉਹ ਮਕਸਦ ਪੂਰਾ ਹੋ ਗਿਆ ਫਿਰ ਕਿ ਨਹੀਂ ਹੋ ਗਿਆ ਕੀ ਉੱਥੇ ਤੰਗੀਆਂ ਹਨ ਜਿਹੜੀਆਂ ਇੱਥੇ ਆਣ ਕੇ ਸਹੂਲਤਾਂ ਮਿਲੀਆਂ ਦੱਸੋ ਥੋੜ੍ਹੀ ਹਾਂ ਉੱਥੇ ਕਿਹੜੀ ਤੰਗੀ ਸੀ ਜਿਹੜੀ ਇੱਥੇ ਨਹੀਂ ਹੋਣਾ ਉਹ ਇੱਥੇ ਉਧਰ ਉਧਰ ਫੰਗੀ ਕੋਈ ਨਹੀਂ ਸੀ ਇੱਧਰ ਫੰਗੀ ਆ ਆਵੇ ਦਾ ਫੰਗੀ ਆ ਤੇ ਫਿਰ ਕੀ ਸਹੂਲਤ ਮਿਲੀ ਆ ਪਾਕਿਸਤਾਨ ਆਜ਼ਾਦ ਕਰ ਲਿਆ ਤੇ ਫਿਰ ਮੈਂ ਹੁਣ ਉਹੀ ਤੁਹਾਨੂੰ ਪੁੱਛਣਾ ਵੀ ਫਿਰ ਕੀ ਉੱਧਰ ਜਿਹੜਾ ਉੱਧਰ ਤੁਹਾਨੂੰ ਤੰਗੀ ਸੀ ਤੇ ਇੱਧਰ ਨਹੀਂ ਤੰਗੀ ਹੋਣਾ ਉਹਦਾ ਉਹਦਾ ਪੈਸਾ ਕੋਈ ਨਹੀਂ ਸੀ ਇਹਦਾ ਪੈਸਾ ਬੜਾ ਹਾਂ 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 ਸਹੀ ਹੈ ਬਾਬਾ ਜੀ ਪਿੰਡ ਆਣ ਕੇ ਕਦੀ ਫਿਰ ਵਾਪਸ ਗਏ ਪਿੰਡ ਕਿ ਨਹੀਂ ਆਪਣੇ ਹਾਂਜੀ ਆਪਣੇ ਪਿੰਡ ਚੱਲ ਨਹੀਂ ਗਏ ਦੁਬਾਰਾ ਨਾ ਨਾ ਆਪਣੇ ਪਿੰਡ ਦਾ ਕੋਈ ਵੀ ਨਹੀਂ ਗਿਆ ਜਾ ਜੀ ਗਿਆ ਤੁਹਾਡਾ ਅੱਬਾ ਵੀ ਨਹੀਂ ਗਿਆ ਨਾ ਅੱਛਾ ਉਹ ਦਿਲ ਕਰਦਾ ਪਿੰਡ ਵੇਖਣ ਨੂੰ ਕਿ ਕੋਈ ਨਾ ਵੇਖਣ ਨੂੰ ਜਦ ਤੱਕ ਆਦਾ ਬਾਤਾਂ ਨਹੀਂ ਦਿਲ ਕਰਦਾ ਹੈ ਹਾਂ ਬਾਬਾ ਉਹ ਜਵਾਨੀ ਵਾਲੀ ਚੇਤਾ ਆਉਂਦੀਆਂ ਕਿ ਨਹੀਂ ਕਦੀ ਆਪਣਾ ਪਿੰਡ ਚੇਤਾ ਨਹੀਂ ਆਇਆ ਪਿਛਲਾ ਹਾਂ ਜਿੱਥੇ ਜੰਮੇ ਪਲੇ ਸੋ ਤੁਸੀਂ ਖੇਡਦੇ ਰਹੇ ਉਹ ਕਦੀ ਚੇਤੇ ਨਹੀਂ ਆਇਆ ਪਿੰਡ ਆਪਣਾ ਬੜਾ ਚੇਤਾ ਵਾ ਵੇਖਣ ਨੂੰ ਦਿਲ ਕਰਦਾ ਪਿੰਡ ਆਪਣਾ ਵੇਖਣਾ ਜੇ ਚਾਲ ਆਹਾ ਵੇਖਣਾ ਜੇ ਪਿੰਡ ਆਪਣਾ ਹਾਂਜੀ ਘਰ ਪਛਾਣ ਲੋਗੇ ਆਪਣਾ ਹਾਂਜੀ ਹੈ ਹਾਂਜੀ ਬਾਬਾ ਜੀ ਇਹ ਉਦੋਂ ਸ਼ਰਮੋ ਜਹਾਜ ਜ਼ਿਆਦਾ ਹੁੰਦੀ ਸੀ ਭੈਣ ਦੀ ਕਿ ਹੁਣ ਉਦੋਂ ਜ਼ਿਆਦਾ ਹੁੰਦੇ ਕਿਵੇਂ ਕਰਕੇ ਸੀ ਹੁਣ ਮਤਲਬ ਉਦੋਂ ਕਿਵੇਂ ਸੀ ਸ਼ਰਮ ਜਹਾਜ ਤੁਸੀਂ ਬੜੀ ਸ਼ਰਮ ਜਹਾਜ ਹੁੰਦੇ ਬਾਬੇ ਵਾਤੇ ਬੜੀ ਸ਼ਰਮ ਜਹਾਜ ਹੁੰਦੇ ਤੇ ਹੁਣ ਨਹੀਂ ਕਰਦੇ ਬੱਚੇ ਤੁਹਾਡੀ ਨਾ ਨਾ ਘਟ ਗਈ ਅੱਗੇ ਨਾਲੋਂ ਹੈ ਹਾਂ ਨਜ਼ਰੀ ਨਾਲ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਕਿਸੇ ਦਾ ਇੰਟਰਵਿਊ ਕਰਾਉਣਾ ਚਾਹੁੰਦੇ ਆਪਣੇ ਪਿੰਡ ਦਾ ਤੇ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਕਿਸੇ ਹੋਰ ਜਗ੍ਹਾ 'ਤੇ ਉਸ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖਾਂ ਜੀ